ਹੈਲੋ एवरीवन ਸਾਰਨ ਪਿਆਰ ਕਰਿਓ ਸੋ ਸ਼ਿਕਾਤ ਮੇਰਾ ਨਾਮ ਆਕੁਸ਼ੀ ਕੌਰ ਤੇ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ ਇਹ ਲੁੱਕ ਕ੍ਰੀਏਟ ਕਰਾਂਗੇ ਜਿਹੜਾ ਕਿ ਤੁਸੀਂ ਬਹੁਤ ਵਾਰ ਸ੍ਰਿਸ਼ਟੀ ਮਾਨ ਨੂੰ ਦੇਖਿਆ ਹੋਵੇਗਾ ਲੁੱਕ ਕੈਰੀ ਕਰਦੇ ਹੋਏ ਪੰਜਾਬੀ ਸੌਂਗਸ ਦੇ ਵਿੱਚ ਸੋ ਇਹ ਸਿੰਪਲ ਨੇਚਰਲ ਮੇਕਅਪ ਆ ਜੋ ਤੁਸੀਂ ਕਿਸੇ ਵੀ ਆਊਟਫਿਟ ਦੇ ਨਾਲ ਕੈਰੀ ਕਰ ਸਕਦੇ ਹੋ ਜਾਂ ਫਿਰ ਕੋਈ ਅਦਰ ਸਿਚੁਏਸ਼ਨਸ ਤੇ ਤੁਸੀਂ ਜ਼ਿਆਦਾ ਮੇਕਅਪ ਚਾਹ ਨਹੀਂ ਯੂਜ਼ ਕਰਨਾ ਸੋ ਇੱਥੇ ਤੁਸੀਂ ਦੇਖ ਰਹੇ ਹੋ ਆਮ ਯੂਜ਼ਿੰਗ ਅ ਮਿਸਟ ਆਈ ਹੋਮ ਐਂਡ ਵੈਸਟਾ ਬੇਸਿਕਲੀ ਇਹਦੇ ਵਿੱਚ ਮੈਂ ਕੁਝ ਜ਼ਿਆਦਾ ਨਹੀਂ ਕੀਤਾ ਜਸਟ ਮੈਂ ਇੱਕ ਜਿਹੜਾ ਹੁੰਦਾ ਆ ਸ਼ੀਟ ਮਾਸਕ ਲਿਆ ਵਾ ਉਹਨੂੰ ਸਾਰਾ ਮੈਂ ਉਹਦਾ ਜਿਹੜਾ ਸੀਰਮ ਐਕਸਟਰੈਕਟ ਕਰਕੇ ਇਹਦੇ ਵਿੱਚ ਰੋਜ਼ ਵਾਟਰ ਮਿਕਸ ਕੀਤਾ ਵਾ ਐਂਡ ਉਹਨੂੰ ਮੈਂ ਐਜ਼ ਆ ਯੂ نو ਸੀਰਮ ਯੂਜ਼ ਕਰ ਰਹੀ ਹਾਂ ਬਿਕਾਜ਼ ਮੇਰੀ ਡਰਾਈ ਸਕਿਨ ਨਾਲ ਸੋ ਇਟ ਵਿਲ ਹੈਲਪ ਮੀ ਅ ਲੋਟ ਵਿਦ ਮਾਈ ਡਰਾਈ ਪੈਚਸ ਜਿਹੜੇ ਡਰਾਈ ਪੈਚਸ ਜੋ ਵੀ ਸਕਿਨ ਤੇ ਹੋਣਗੇ ਉਹਨੂੰ ਇਹ ਠੀਕ ਕਰ ਦੂਗਾ ਤੇ ਇੱਕ ਨੇਚਰਲ ਜਾਂ ਵਧੀਆ ਜਾਂ ਗਲੋ ਦੇਊਗਾ ਮੇਰੀ ਸਕਿਨ ਤੇ ਜਿਹੜਾ ਕਿ ਜਦੋਂ ਮੈਂ ਮੇਕਅਪ ਕਰੂੰਗੀ ਉਹ ਮੇਨਟੇਨ ਰਹੂਗਾ ਤੇ ਵਧੀਆ ਲੱਗੂਗਾ ਹੁਣ ਮੈਂ ਨੀਵਿਆ ਦਾ ਮੋਸਚਰਾਈਜ਼ਰ ਲੈ ਰਹੀ ਆ ਜੋ ਕਿ ਮੈਂ ਆਦਾ ਮੋਸਚਰਾਈਜ਼ਰ ਆਪਣੇ ਫੇਸ ਤੇ ਯੂਜ਼ ਕਰਦੀ ਆ ਤੇ ਉਦਾਂ ਨਾਰਮਲੀ ਵੀ ਯੂਜ਼ ਕਰਦੀ ਆ ਤੇ ਮੇਕਅਪ ਤੋਂ ਪਹਿਲਾਂ ਵੀ ਯੂਜ਼ ਕਰਦੀ ਆ ਬਿਕਾਜ਼ ਇਟ ਗਿਵ ਮੀ ਅ ਸਮੂਥ ਕੈਨਵਸ ਜਿੱਤੇ ਮੈਂ ਫਾਊਂਡੇਸ਼ਨ ਜੋ ਅਪਲਾਈ ਕਰ ਸਕਦੀ ਆ ਚੰਗੇ ਤਰੀਕੇ ਨਾਲ ਜੋ ਮੋਸਚਰਾਈਜ਼ਰ ਆਪਣੇ ਫੇਸ ਤੇ ਲਗਾਓ ਸਪੈਸ਼ਲੀ ਜੇ ਥੋੜੀ ਡਰਾਈ ਸਕਿਨ ਆ ਸੋ ਉਹ ਤੁਹਾਡਾ ਜਿਹੜਾ ਮੇਕਅਪ ਕੇਕੀ ਹੋ ਜਾਂਦਾ ਉਹ ਚੀਜ਼ ਤੋਂ ਪ੍ਰिवੈਂਟ ਕਰੂਗਾ ਅਰ ਜੇ ਤੁਹਾਡੀ oily skin ਵੀ ਆ ਤਾਂ ਚਾਹੇ ਥੋੜਾ light moisturizer ਲਗਾਓ but moisturizer ਜਿਹੜਾ face ਤੇ ਲਗਾਉਣਾ ਬਹੁਤ ਇੰਪੋਰਟੈਂਟ ਆ ਅਗਰ ਤੁਸੀਂ ਮੇਕਅਪ ਕਰ ਰਹੇ ਹੋ ਤਾਂ ਇੱਥੇ ਮੈਂ fitme ਦੀ foundation ਲਈ ਆ and ਇਹਨੂੰ ਮੈਂ 1 and 1/2 pump ਲਿਆਵਾ ਤੇ ਇਹਨੂੰ ਮੈਂ ਆਪਣੀ skin ਤੇ spread ਕਰ ਰਹੀ ਹਾਂ right now ਉਹ ਤੋਂ ਬਾਅਦ ਮੈਂ ਨੂੰ blend ਕਰੂੰਗੀ beauty blender ਦੇ ਨਾਲ ਜਿੱਥੇ-ਜਿੱਥੇ ਤੁਹਾਡੇ problematic areas ਜ਼ਿਆਦਾ ਨੇ pigmentation ਆ ਪਲੀਜ਼ ਉਹ ਜ਼ਿਆਦਾ ਉਹ ਫਾਊਂਡੇਸ਼ਨ ਜੋ ਆ ਉਹ ਏਰੀਆਸ ਤੇ ਲਗਾਓ ਤੇ ਹੁਣ ਮੈਂ ਇੱਕ ਬਿਊਟੀ ਬਲੈਂਡਰ ਨਾਲ ਇਹਨੂੰ ਬਲੈਂਡ ਕਰ ਰਹੀਆਂ ਜਿਹੜਾ ਬਿਊਟੀ ਬਲੈਂਡਰ ਆ ਡੈਂਪ ਆ ਡੈਂਪਿੰਸੈਂਸ ਕੀ ਗਿੱਲਾਵਾ ਪਾਣੀ ਦੇ ਵਿੱਚ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਉਹ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਚੋੜਿਆ ਵਾ ਅਗਰ ਤੁਸੀਂ ਸੁੱਕਾ ਜੋ ਆ ਬਿਊਟੀ ਬਲੈਂਡਰ ਯੂਜ਼ ਕਰੋਗੇ ਤਾਂ ਉਹ ਯੂਜ਼ ਕਰਨ ਦਾ ਕੋਈ ਫਾਇਦਾ ਨਹੀਂ ਸੋ ਡਰਾਈ ਕਰਿਓ ਕਿ ਤੁਸੀਂ ਇੱਕ ਡੈਂਪ ਬਿਊਟੀ ਬਲੈਂਡਰ ਜੋ ਆ ਯੂਜ਼ ਕਰੋ ਐਂਡ ਇਹਨੂੰ ਡੈਪ ਡੈਪ ਮੋਸ਼ਨ ਦੇ ਵਿੱਚ ਤੁਸੀਂ ਯੂਜ਼ ਕਰਨਾ ਵਾ ਤਰਗੜਨਾ ਬਿਲਕੁਲ ਨਹੀਂ ਹੈਗਾ ਫੇਸ ਤੇ ਪ੍ਰੋਪਰਲੀ ਬਲੈਂਡ ਕਰਨੀ ਆਪਣੀ ਫਾਊਂਡੇਸ਼ਨ ਕਿਉਂਕਿ ਜਿਹੜਾ ਫਲੋਰਲੈਸ بیس ਆ ਉਹ ਜੋ ਵੀ ਤੁਸੀਂ ਬਲੈਂਡਿੰਗ ਕਰੋਗੇ ਉਹਦੇ ਤੋਂ ਹੀ ਆਊਗਾ ਮੈਂ ਫਿਟਮੀ ਦਾ ਆਈ ਕंसीਲਰ ਲਿਆ ਵਾ ਜਿਹਨੂੰ ਮੈਂ ਅੰਡਰ ਆਇਸ ਤੇ ਥੋੜਾ ਜਿਹਾ ਆਪਣੇ ਮਾਉਥ ਏਰੀਆ ਜਿੱਥੇ ਜਿੱਥੇ ਮੈਨੂੰ ਲੱਗੂਗਾ ਕਿ ਪਿਗਮੈਂਟੇਸ਼ਨ ਮੇਰੇ ਹੈਗੀ ਆ ਸਿਰਫ ਉਸ ਏਰੀਆਸ ਤੇ ਹੀ ਯੂਜ਼ ਕਰੂੰਗੀ ਅ ਪਲੀਜ਼ ਜ਼ਿਆਦਾ ਨਾ ਯੂਜ਼ ਕਰ ਰਹੇ ਹੋ ਦੈਟਸ ਦੈਟਸ ਦਾ ਰੀਜ਼ਨ ਕਿ ਥੋੜੀ ਫਿਰ ਉਹ ਮੇਕਅਪ ਜੋ ਕੇਕ ਹੀ ਲੱਗਦਾ ਵਾ ਜਾਂ ਯੂ نو ਫਾਈਨ ਲਾਈਨਸ ਬਣ ਜਾਂਦੀਆਂ ਨੇ ਜਿੰਨੀ ਲੋੜਾ ਉਨਾ ਹੀ ਪ੍ਰੋਡਕਟ ਚੋ ਆ ਯੂਜ਼ ਕਰਿਓ ਸੇਮ ਉਦਾਂ ਹੀ ਇਹਨੂੰ ਵੀ ਮੈਂ ਬਿਊਟੀ ਬਲੈਂਡਰ ਡੈਂਪ ਬਿਊਟੀ ਬਲੈਂਡਰ ਤੇ ਨਾਲ ਬਲੈਂਡ ਕਰ ਰਹੀ ਆ ਆਰਾਮ ਨਾਲ ਇਹ ਮੈਂ ਫਾਸਟ ਕੀਤਾ ਹੋਇਆ ਥੈਟਸ ਵਾਈ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਬਹੁਤ ਤੇਜ਼ ਤੇਜ਼ ਕਰ ਰਹੀ ਆ ਬਟ ਨਹੀਂ ਮੈਂ ਬਹੁਤ ਆਰਾਮ ਆਰਾਮ ਨਾਲ ਕੀਤਾ ਸੀ ਤੁਸੀਂ ਆਪਣੇ ਬੇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰੋ ਜਿੰਨੀ ਦੇਰ ਤੱਕ ਤੁਸੀਂ ਸੈਟੀਸਫਾਈਡ ਨਹੀਂ ਹੈਗੇ ਕਿ ਚੰਗੀ ਤਰ੍ਹਾਂ ਨਾਲ ਸਭ ਕੁਝ ਬਲੈਂਡ ਹੋ ਗਿਆ। ਉਸ ਤੋਂ ਬਾਅਦ ਇੱਥੇ ਹੁਣ ਮੈਂ ਆਈਬ੍ਰੋਸ ਬਣਾਉਂਗੀ ਆਪਣੇ ਜਿਦਲੀ ਮੈਂ ਆਈਬ੍ਰੋ ਪੈਨਸਲ ਯੂਜ਼ ਕਰ ਰਹੀ ਹਾਂ। ਇਹ ਆਈਬ੍ਰੋ ਪੈਨਸਲ ਸਵਿਸ ਬਿਊਟੀ ਦੀ ਆਂਡ ਮੈਂ ਡਾਰਕ ਬ੍ਰਾਊਨ ਸ਼ੇਡ ਦੇ ਵਿੱਚ ਇਹਨੂੰ ਯੂਜ਼ ਕਰ ਰਹੀ ਹਾਂ। ਪਹਿਲਾਂ ਮੈਂ ਜਿਹੜੇ ਵੀ ਗੈਪਸ ਨੂੰ ਫਿਲ ਇਨ ਕਰੂੰਗੀ ਮੈਂ ਜ਼ਿਆਦਾ ਓਵਰ ਦਾ ਬੋਰਡ ਨਹੀਂ ਜਾਊਂਗੀ ਕਿਉਂਕਿ ਇਹ ਨੇਚਰਲ ਲੁੱਕ ਹੈ ਇੱਕ। ਬਟ ਆਪਾ ਫਿਲ ਵੀ ਕਰਨੇ ਨੇ ਕਿਉਂਕਿ ਪ੍ਰੋਪਰ ਸ਼ੇਪ ਵੀ ਉਹਨਾਂ ਦੀ ਲੱਗਣੀ ਚਾਹੀਦੀ ਹੈ ਬਟ ਓਵਰ ਵੀ ਆਮ ਜਸਟ ਫਿਲਿੰਗ ਇਨ ਦਾ ਗੈਪਸ ਮੈਂ ਸਿਰਫ ਜਿੱਥੇ ਜਿੱਥੇ ਗੈਪਸ ਨੇ ਉਹਨੂੰ ਫਿਲ ਕਰ ਰਹੀ ਹਾਂ ਐਂਡ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਬਹੁਤ ਹਾਰਸ਼ ਲੱਗ ਰਿਹਾ ਵਾ ਜ਼ਿਆਦਾ ਬਲੈਂਡਡ ਨਹੀਂ ਹੈਗਾ ਬਟ ਮੈਂ ਉਹ ਇੱਕ ਪਰਪਸ ਨਾਲ ਕੀਤਾ ਵਾ ਉਹ ਤੋਂ ਬਾਅਦ ਆਪਾਂ ਉਹਨੂੰ ਬਰਸ਼ ਦੇ ਨਾਲ ਬਲੈਂਡ ਕਰਾਂਗੇ ਤੇ ਹੁਣ ਮੈਂ ਇੱਕ ਬਰਸ਼ ਯੂਜ਼ ਕਰ ਰਹੀ ਹਾਂ ਆਈਬ੍ਰੋ ਬਰਸ਼ ਜਿਸ ਦੇ ਨਾਲ ਮੈਂ ਆਪਣੇ ਆਈਬ੍ਰੋਸ ਨੂੰ ਬਰਸ਼ ਕਰ ਰਹੀ ਹਾਂ so that ਮੇਰੇ ਆਈਬ੍ਰੋਸ ਜਿਹਨੇ ਨੈਚੁਰਲ ਲੱਗਣ ਤੇ ਨੈਚੁਰਲੀ ਫਿਲ ਕਿਤੇ ਲੱਗਣਾ ਇਹਦਾ ਨਾ ਲੱਗੇ ਕਿ ਕੁਝ ਹਾਰਸ਼ੀ ਲਾਈਨਸ ਬਣਾਈਆਂ ਹੋਈਆਂ ਨੇ ਇਹਦੇ ਨਾਲ ਸਭ ਕੁਝ ਬਲੈਂਡ ਹੋ ਜਾਊਗਾ ਤੇ ਬਹੁਤ ਬੈਟਰ ਜੁਨੇ ਰੱਖਣਗੇ ਮੇਰੇ ਆਈਬ੍ਰੋਸ so you can see ਕਿੰਨੇ ਵਧੀਆ ਲੱਗ ਰਹੇ ਨੇ ਹੁਣ ਬਿਲਕੁਲ ਸ਼ੇਪ ਚ ਲੱਗ ਰਹੇ ਨੇ ਤੇ ਸਟਰਕਚਰ ਆਇਆ ਹੋਇਆ so now i'm going to use this palette by sugar ਇਹਦੇ ਚੋਂ ਮੈਂ ਤਿੰਨੋਂ ਚੀਜ਼ਾਂ ਯੂਜ਼ ਕਰਨੀਆਂ ਨੇ ਸਭ ਤੋਂ ਪਹਿਲਾਂ ਆਪਾਂ ਕੰਟੂਰ ਕਰਾਂਗੇ ਆਪਣਾ ਫੇਸ ਸੋ ਉਹਦੇ ਲਈ ਮੈਂ ਇੱਕ ਕੰਟੂਰ ਬ੍ਰਸ਼ ਲੈ ਲਿਆ ਐਂਡ ਉਹਦੇ ਨਾਲ ਮੈਂ ਆਪਣੇ ਜੋ ਨੇ ਸਭ ਤੋਂ ਪਹਿਲਾਂ ਚੀਕ ਬੋਨਸ ਨੂੰ ਚੰਗੀ ਤਰ੍ਹਾਂ ਨਾਲ ਕੰਟੂਰ ਕਰੂੰਗੀ ਬਾਈ ਮੇਕਿੰਗ ਅ ਫਿਸ਼ ਫੇਸ ਸੋ ਯੂ ਕੈਨ ਸੀ ਦਾ ਡਿਫਰੈਂਸ ਮੇਰਾ ਜੋ ਚੀਕ ਬੋਨ ਨੇ ਉਹ ਅੱਛੇ ਤਰੀਕੇ ਨਾਲ ਕੰਟੂਰ ਹੋ ਗਿਆ ਆਲਮੋਸਟ ਆਲਮੋਸਟ so now i am satisfied with the cheek contour uh, so you can see ਹੁਣ ਮੈਂ ਦੁਬਾਰਾ ਫੇਰ ਕੰਟੋਰ ਸ਼ੇਡ ਲੈ ਰਹੀ ਹਾਂ ਉਹੀ ਆਪਣੀ ਜੌ ਲਾਈਨ ਨੂੰ ਚੰਗੀ ਤਰੀਕੇ ਨਾਲ ਡਿਫਾਈਨ ਕਰਨ ਦੇ ਲਈ ਸੋ ਕੁਛ ਇਸ ਵੇ ਦੇ ਵਿੱਚ ਮੈਂ ਆਪਣੀ ਜੌ ਲਾਈਨ ਨੂੰ ਡਿਫਾਈਨ ਕਰ ਰਹੀ ਹਾਂ ਤੇ ਹੁਣ ਮੈਂ ਆਪਣੇ ਟੈਂਪਲਸ ਨੂੰ ਜੋ ਵਾਰਮ ਅਪ ਕਰ ਰਹੀ ਹਾਂ ਕਿਉਂਕਿ ਇਹਦੇ ਨਾਲ ਮੇਰਾ ਫੋਰਹੈਡ ਜੋ ਬਿਲਕੁਲ ਸ਼ੇਪਸ ਲੱਗੂਗਾ ਕਿਉਂਕਿ ਮੇਰਾ ਮੱਥਾ ਜੋਗਾ ਚੌੜਾ ਆ। ਹੁਣ ਮੈਂ ਸੇਮ ਬਰਸ਼ ਨੂੰ ਹੀ ਨੋਜ਼ ਕੰਟੋਰ ਕਰਨ ਦੇ ਲਈ ਯੂਜ਼ ਕਰੂੰਗੀ। ਵੈਸੇ ਤਾਂ স্মਾਲ ਬਰਸ਼ ਜੋ ਯੂਜ਼ ਕਰ ਸਕਦੇ ਆ ਬਟ ਮੇਰਾ ਆਈ ਥਿੰਕ ਇਹਦੇ ਨਾਲ ਵਧੀਆ ਵਰਕ ਹੋ ਜਾਂਦਾ ਵਾ ਸੋ ਆਈ ਡੋਂਟ ਫੀਲ ਲਾਈਕ ਯੂজিং ਅਨਦਰ ਬਰਸ਼। ਸੋ ਤੁਸੀਂ ਇਹਨੂੰ ਥੋੜਾ ਜਾਂ ਪ੍ਰੈਸ ਕਰਕੇ ਇਹਦੇ ਨਾਲ ਨੋਜ਼ ਕੰਟੋਰ ਕਰ ਸਕਦੇ ਹੋ। ਯੂ ਕੈਨ ਸੀ ਬਿਊਟੀਫੁਲੀ ਮੇਰਾ ਜੋ ਨੋਜ਼ ਆ ਕੰਟੋਰ ਹੋ ਗਿਆ। ਸੋ ਨਾਉ ਮੈਂ ਸਾਰਾ ਕੁਝ ਜੋ ਵੀ ਇਸ ਸੀਮਲੈਸਲੀ ਬਲੈਂਡ ਕਰ ਰਹੀ ਹਾਂ ਤਾਂ ਕਿ ਇਸ ਕੇਂਦੇ ਵਿੱਚ ਹੀ ਲੱਗੇ ਸਾਰਾ ਕੁਝ ਲੱਗ ਜੀਏ ਲਾਈਨਸ ਨਾ ਲੱਗਣ ਸੋ ਆਮ ਟ੍ਰਾਈਂਗ ਟੂ ਬਲੈਂਡ ਇਟ ਆਪ ਟ ਪ੍ਰੋਪਰਲੀ ਸੋ ਹੁਣ ਮੈਂ ਇੱਕ ਫਲਫੀ ਬਰਸ਼ ਲੈ ਲਿਆ ਜਿਸ ਨਾਲ ਬਲਸ਼ ਟੂ ਅ ਬੈਟਰ ਅਪਲਾਈ ਹੋਊਗਾ ਤੇ ਮੈਂ ਜਿਹੜਾ ਐਕਸੈਸ ਦਾ ਡਸਟ ਆਫ ਕਰਤਾ ਕਿਉਂਕਿ ਨਹੀਂ ਫਿਰ ਤੁਹਾਡੇ ਜਿਹੜੇ ਅਮ ਚੀਕਸ ਨੇ ਬਹੁਤ ਜ਼ਿਆਦਾ ਕਲਾਉਨ ਜੇ ਲੱਗਣਗੇ ਬਹੁਤ ਜ਼ਿਆਦਾ ਰੈੱਡ ਰੈੱਡ ਲੱਗਣਗੇ ਸੋ ਪਲੀਜ਼ ਬਿਲਡ ਅਪ ਕਰ ਲਿਓ ਨੂੰ ਹੌਲੀ ਹੌਲੀ ਬਟ ਪਹਿਲਾਂ ਜੋ ਆ ਥੋੜਾ ਹੀ ਅਪਲਾਈ ਕਰੋ ਸੋ ਸੀ ਮੈਂ ਥੋੜਾ ਅਪਲਾਈ ਕੀਤਾ ਬਟ ਆ ਵਾਸ ਨੋਟ 100% ਸੈਟੀਸਫਾਈਡ ਵਿਦ ਥੈਟ ਸੋ ਮੈਂ ਥੋੜਾ ਜਿਹਾ ਹੋਰ ਲਿਆ ਐਂਡ ਉਹਨੂੰ ਦੁਬਾਰਾ ਤੋਂ ਅਪਲਾਈ ਕੀਤਾ ਸੋ ਤੁਸੀਂ ਇਹਨੂੰ ਅਪਵਰਡ ਡਾਇਰੈਕਸ਼ਨ ਦੇ ਵਿੱਚ ਅਪਲਾਈ ਕਰਨਾ ਹੈ सो नाउ आई थिंक आई एम हैप्पी विद द कलर ऑन माई चीक्स ट्राइंग टू पोज ओके सो हूँ आप हाईलाइटर लै रहे हैं, सेम वो ही आई नो कि ज़्यादा हाईलाइटर मतलब ग्लैम लुक नहीं आप नैचुरली जा रहे हैं बट एक बहुत ही सटल जहा हाईलाइटर आ हा। सो so, ये थोड़े फेस से एक सटल जी ग्लो दूगा ज़्यादा चंकी नहीं है सो यू कैन ट्राई दिस वन ਸੀ ਕਿੰਨਾ ਸੋਹਣਾ 글로 ਆ ਗਿਆ ਤੁਹਾਡੇ ਫੇਸ ਤੇ ਬੜਾ ਜ਼ਿਆਦਾ ਵੀ ਨਹੀਂ ਹੈਗਾ ਕਿ ਬਹੁਤ ਓਵਰ ਦਾ ਬੂਟ ਲੱਗ ਰਿਹਾ ਕਿ ਪਤਾ ਨਹੀਂ ਕੀ ਲਗਾ ਲਿਆ ਸੋ ਜਸਟ ਤੁਹਾਡੇ ਫੇਸ ਨੂੰ ਹਾਈਲਾਈਟ ਕਰ ਰਿਹਾ ਤੇ ਨੈਚੁਰਲ ਦਾ 글로ਵ ਦੇ ਰਿਹਾ ਤੁਹਾਡੇ ਫੇਸ ਤੇ ਸੋ ਯੂ ਕੈਨ ਸੀ ਮੈਂ ਕਿੱਥੇ ਕਿੱਥੇ ਲਗਾਇਆ ਵਾ ਯੂ ਕੈਨ ਫਾਲੋ ਸੇਮ ਟੂ ਗੈਟ ਦਾ 글로ਵ ਔਨ ਯੂ ਫੇਸ ਸੁਨਾਓ ਆਮ ਯੂਜ਼ਿੰਗ ਅ ਸਮਾਲਰ ਬਰਸ਼ ਸਮਾਲਰ ਬਰਸ਼ ਮੈਂ ਯੂਜ਼ ਕਰ ਰਹੀ ਹਾਂ ਆਪਣੇ ਆਈਬ੍ਰੋਸ ਦੇ ਨੀਚੇ ਜੋ ਆ ਹਾਈਲਾਈਟਰ ਲਗਾਉਣ ਲਈ ਇਹਦੇ ਨਾਲ ਕੀ ਹੋਊਗਾ ਕਿ ਮੇਰੇ ਆਈਬ੍ਰੋਸ ਹੋਰ ਜੋ ਨੇ ਅਪਲਿਫਟਡ ਲੱਗਣਗੇ ਹੋਰ ਯੂ نو ਸ਼ੇਪ ਦੇ ਵਿੱਚ ਲੱਗਣਗੇ ਸੋ ਯੂ ਕੈਨ ਸੀ ਹੁਣ ਮੈਂ ਵੈਟ ਐਂਡ ਵਾਈਲ ਪੈਲੇਟ ਚੋਂ ਇੱਕ ट्रांजिशन ਸ਼ੇਡ ਲੈ ਲਈ ਆਪਣੀ ਆਈਸ ਤੇ ਅਪਲਾਈ ਕਰਨ ਲਈ ਇਹ ਥੋੜੀ ਆਈਸ ਨੂੰ ਇੱਕ ਤਰ੍ਹਾਂ ਦਾ ਕੰਟੋਰ ਕਰ ਦੂਗੀ ਐਂ ਥੋੜੀ ਆਈਸ ਨੂੰ ਨੇ ਹੋਰ ਸ਼ੇਪ ਦੇ ਵਿੱਚ ਲੱਗਣਗੇ ਬਿਊਟੀਫੁੱਲ ਲੱਗਣਗੇ ਮੀ ਸਟਰਗਲਿੰਗ ਟੂ ਓਪਨ ਦਾ ਮਿਰਰ ਸੋ ਹੁਣ ਮੈਂ ਇਹਦੇ ਨਾਲ ਆਪਣੀ ਆਇਜ਼ ਨੂੰ ਕੰਟੋਰ ਵੀ ਕਰੂੰਗੀ ਟਾਇਲਟ ਤੇ ਵੀ ਪੂਰੀ ਤਨੋਂ ਅਪਲਾਈ ਕਰ ਦੂੰਗੀ ਇਟਸ ਮਾਈ ਫੇਵਰਿਟ ਸ਼ੇਡ ਇਹ ਤੁਹਾਡੀ ਆਇਜ਼ ਨੂੰ ਹੋਰ ਯੂ نو ਨੇਚਰਲ ਜੀ ਲੁੱਕ ਵੀ ਦਿੰਦਾ ਹੈ ਤੇ ਜ਼ਿਆਦਾ ਓਵਰ ਵੀ ਨਹੀਂ ਲੱਗਦਾ ਪਰ ਸੋਹਣਾ ਵੀ ਬਹੁਤ ਲੱਗਦਾ ਹੈ ਸੋ ਆਈ ਜਸਟ ਲਵ ਟੂ ਯੂਜ਼ ਦਿਸ ਸ਼ੇਡ ਯੂ ਕੈਨ ਸੀ ਕਿਦਾਂ ਤਾਂ ਲੱਗ ਰਿਹਾ ਬਹੁਤ ਨੇਚਰਲ ਲੱਗ ਰਿਹਾ ਵਾ ਉਨ ਦੁਬਾਰਾ ਤੋਂ ਕਦਰ ਲੈ ਕੇ ਆਪਣੀ ਦੂਜੀ ਆਈ ਤੇ ਵੀ ਆਪਾਂ ਸੇਮ ਉਦਾ ਹੀ ਕੰਟੋਰ ਕਰ ਲਾਂਗੇ ਐਂਡ ਉਸ ਤੋਂ ਬਾਅਦ ਆਪਾਂ ਆਇਲਟ ਤੇ ਵੀ ਚੰਗੀ ਤਰ੍ਹਾਂ ਨਾਲ ਅਪਲਾਈ ਕਰ ਲਾਂਗੇ ਇਹਨੂੰ ਸੀਮਲੈਸਲੀ ਬਹੁਤ ਅੱਛੀ ਤਰ੍ਹਾਂ ਨਾਲ ਬਲੈਂਡ ਕਰਨਾ ਬਹੁਤ ਇੰਪੋਰਟੈਂਟ ਆ ਕਿਉਂਕਿ ਨਹੀਂ ਬਹੁਤ ਹਾਰਸ਼ ਲੱਗੂਗਾ ਤੇ ਆਪਾਂ ਆ ਇਸ ਤੇ ਕੁਝ ਜ਼ਿਆਦਾ ਅਪਲਾਈ ਵੀ ਨਹੀਂ ਕਰਨਾ ਹੈਗਾ ਆਇ ਲਾਈਨਰ ਜਾਂ ਕਾਜਲ ਵਗੈਰਾ ਸੋ ਨਾਓ ਮੈਂ ਲਿਪਮ ਅਪਲਾਈ ਕਰ ਰਹੀ ਹਾਂ ਜੋ ਕਿ ਮੈਨੂੰ ਸਟਾਰਟਿੰਗ ਚ ਕਰਨੀ ਚਾਹੀਦੀ ਸੀ ਬਟ ਮੈਂ ਭੁੱਲ ਗਈ ਸੋ ਜੇ ਤੁਸੀਂ ਇਹਨੂੰ ਫਾਲੋ ਕਰੋਗੇ ਤਾਂ ਪਲੀਜ਼ ਸਟਾਰਟਿੰਗ ਚ ਹੀ ਆਪਣੀ ਜੋ ਆ ਲਿਪਮ ਅਪਲਾਈ ਕਰ ਲਿਓ ਕਿਉਂਕਿ ਜਿੰਨੀ ਦੇਰ ਤੁਸੀਂ ਮੇਕਅਪ ਕਰੋਗੇ ਉਨਿੰਨੀ ਦੇਰ ਫਿਰ ਤੁਹਾਡੇ ਲਿਪਸ ਤੋਂ ਨੇ ਪੈਪ ਹੋ ਜਾਣਗੇ ਲਿਪਸਟਿਕ ਦੇ ਲਈ ਸੋ ਮੈਂ ਮਸਕਰਾ ਯੂਜ਼ ਕਰ ਰਹੀ ਹਾਂ ਆਹ ਜਿਸ ਮਸਕਰਾ ਇਸ ਆਲਸੋ ਫਰੋਮ ਮੇਬਲਿਨ ਮੇਬਲਿਨ ਦੀ ਹੀ ਰੇਂਜ ਆ ਤੇ ਮੈਂ ਐਕਸੈਸ ਤੋਂ ਵੀ ਵੌਂਟ ਤੇ ਲੱਗਿਆ ਹੋਇਆ ਉਹਨੂੰ ਰਿਮੂਵ ਕਰ ਦੂੰਗੀ ਨਹੀਂ ਬਹੁਤ ਜ਼ਿਆਦਾ ਗੰਦੇ ਮਤਲਬ ਬਹੁਤ ਜ਼ਿਆਦਾ ਓਵਰਲੋਡਰ ਹੋ ਜਾਂਦੇ ਨੇ मेरे आईलैश दैट्स वाई मैं एक्सेस जो आ रिमूव कर दूँगी पहला तो ही एंड उस तो बाद मैं कोट करना स्टार्ट करूँगी स्लोली स्लोली करो तो एक या दो तो ज़्यादा कोट्स ना करो बिक नहीं फिर थोड़े तो बहुत स्टिक्कि स्टिकी लगन ग आईलैश तो ऊपरों वॉटरप्रूफ भी आ सो इट विल बी वेरी डिफिकल्ट फॉर यू टू रिमूव दैट सो प्लीज़ कीप दैट इन योर माइंड ਤੁਸੀਂ ਆਇਲੈਸ਼ ਕਾਉਲਰ ਵੀ ਯੂਜ਼ ਕਰ ਸਕਦੇ ਹੋ ਮੈਂ ਨਹੀਂ ਕਰਿਆ ਬਟ ਅਗਰ ਤੁਹਾਡੇ ਕੋਲ ਹੈ ਤਾਂ ਯੂ ਤੁਸੀਂ ਯੂਜ਼ ਕਰ ਸਕਦੇ ਹੋ ਉਹ ਹੋਰ ਅੱਛੀ ਤਰ੍ਹਾਂ ਨਾਲ ਤੁਹਾਡੇ ਆਇਲੈਸ਼ ਨੂੰ ਪਹਿਲਾਂ ਹੀ ਕਰਲ ਕਰ ਦੂਗਾ ਸੋ ਈਜ਼ੀ ਰਹੂਗਾ ਤੁਹਾਡੇ ਲਈ ਮਸਕਰਾ ਯੂਜ਼ ਕਰਨਾ ਸੋ ਨਾਉ ਆਈ ਹੈਵ ਅਪਲਾਈਡ ਮਸਕਰਾ ਐਂਡ ਆਈ ਵਿਲ ਸ਼ੋ ਯੂ ਸੀ ਆ ਮੇਰੀ ਆਈਸਕੀਨੀਆ ਓਪਨ ਅਪ ਲੱਗ ਰਹੀ ਹੈ ਨਾ ਤੇ ਸੋਹਣੀ ਲੱਗ ਰਹੀ ਹੈ ਨਾ ਕਿਉਂਕਿ ਆਪਾਂ ਕੁਝ ਜ਼ਿਆਦਾ ਤਾਂ ਅਪਲਾਈ ਨਹੀਂ ਸੀ ਕਰਨਾ ਸੋ ਮੈਂ ਇੱਥੇ ਐਲੇਟਿੰਗ ਦੀ ਜੂਆ ਹੁਣ ਲਿਪਸਟਿਕ ਲੈ ਲਈ ਤੇ ਮੈਂ ਤੁਹਾਨੂੰ ਸ਼ੋ ਕਰਦੀ ਆ ਕਿ ਇਹਦਾ ਕਲਰ ਕਿਹੜਾ ਆ ਇਟਸ ਅ ਪਿੰਕ ਸਪਾਈਸ ਐਦਾਂ ਦੀ ਸ਼ੇਡ ਆ ਇਹ ਆਈ ਥਿੰਕ ਤੁਹਾਨੂੰ ਇੱਥੇ ਡਾਰਕ ਲੱਗ ਰਹੀ ਹੋਊਗੀ ਬਟ ਬਹੁਤ ਨੈਚੁਰਲ ਜਿਹੀ ਸ਼ੇਡ ਆ ਇਹ ਜਦੋਂ ਤੁਸੀਂ ਅਪਲਾਈ ਕਰੂਗੀ ਆਪਣੇ ਲਿਪਸ ਤੇ ਤਾਂ ਬਹੁਤ ਨੈਚੁਰਲ ਲੱਗੂਗੀ ਐਦਾਂ ਲੱਗੂਗਾ ਕਿ ਤੁਹਾਡੇ ਹੀ ਲਿਪਸ ਦਾ ਜੋ ਆ ਕਲਰ ਆ ਤੁਹਾਨੂੰ ਐਦਾਂ ਨਹੀਂ ਲੱਗੂਗਾ ਕਿ ਕੋਈ ਹੋਰ ਤੁਸੀਂ ਲਿਪਸਟਿਕ ਅਪਲਾਈ ਕਰੀਏ ਇਟਸ ਅ ਨਿਊਡ ਸ਼ੇਡ ਐਂਡ ਬਹੁਤ ਅਫੋਰਡੇਬਲ ਰੇਂਜ ਦੇ ਵਿੱਚ ਤੁਹਾਨੂੰ ਇੱਕ ਨਿਊਡ ਸ਼ੇਡ ਮਿਲ ਰਹੀ ਆ ਸੋ ਯਾ ਆਮ ਆਮ ਡਨ ਵਿਦ ਮਾਈ ਮੇਕਅਪ ਐਂਡ ਆਈ ਥਿੰਕ ਇਟਸ ਲੁਕਿੰਗ ਫੈਬਲਸ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਐਂਡ ਆਈ ਹੋਪ ਕਿ ਤੁਹਾਨੂੰ ਵੀ ਵਧੀਆ ਲੱਗ ਰਿਹਾ ਹੋਊਗਾ ਐਂਡ ਯੂ ਆਰ ਲਾਈਕਿੰਗ ਥੈਟ ਟੂ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਤੇ ਆਈ ਥਿੰਕ ਆਈ ਹੈਵ ਡਨ ਅ ਵੈਰੀ ਗੁੱਡ ਜੌਬ ਨਥਿੰਗ ਕੈਨ ਬੀ ਬੈਟਰ ਦੈਨ ਥੈਟ ਸੋ ਆਮ ਹੈਪੀ ਵਿਦ ਮਾਈ ਮੇਕਅਪ ਸੋ ਗਾਇਜ਼ ਜੇ ਤੁਹਾਨੂੰ ਇਹ ਲੁੱਕ ਵਧੀਆ ਲੱਗੀ ਤਾਂ ਪਲੀਜ਼ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਲਾਈਕ ਕਰਨਾ ਵੀ ਭੁੱਲਿਓ ਨਾ